ਸ਼ੀਟ ਨੰਬਰ 13 ਦਾ 9th ਕੁਐਸਚਨ ਕਰਨ ਲੱਗੇ ਆ। ਪਹਿਲੇ 8 ਕੁਐਸਚਨ ਆਪਾਂ ਕਰ ਚੁੱਕੇ ਆ, ਇਹਨਾਂ ਵਿੱਚ ਇਹ ਜਿਹੜੇ 9ਵਾਂ ਕੁਐਸਚਨ ਆ ਜਾਂ ਬਾਕੀ ਕੁਐਸਚਨ ਆ, ਸਾਰੀਆਂ ਪਿਛਲੀਆਂ 12 ਸ਼ੀਟਾਂ ਵਿੱਚ ਜੋ ਕੁਐਸਚਨ ਟੌਪਿਕਸ ਕੀਤੇ ਆ ਉਹਨਾਂ ਦੀ ਰਿਵੀਜ਼ਨ। ਹੁਣ 9ਵਾਂ ਕੁਐਸਚਨ ਕੀ ਹੈ, ਜੇਕਰ ਦਿੱਤੇ ਗਏ ਅੰਕੜੇ 4, 7, 9 a+7 a+10 ਦਾ ਮੱਧਮਾਨ 9 ਹੈ ਤਾਂ ਪਹਿਲੇ ਅਤੇ ਅਖੀਰਲੇ ਅੰਕੜਿਆਂ ਦਾ ਮੱਧਮਾਨ, ਮੱਧਮਾਨ ਕੀ ਕੀਤਾ ਸੀ, ਸਾਰੀਆਂ ਰਕਮਾਂ ਦਾ ਜੋੜ ਵਟੇ ਰਕਮਾਂ ਦੀ ਗਿਣਤੀ। ਹੁਣ ਆ ਜੋੜ ਕਰੀਏ ਆਪਾਂ ਇਹਨਾਂ ਨੂੰ, 4+7+9+a+7+a+10 ਵਟੇ ਕਿੰਨੀਆਂ ਰਕਮ ਹੈ, 1, 2, 3, 4 ਤੇ 5। ਹੁਣ 4 ਤੇ 7 ਜੋੜੇ 11, 11 ਤੇ 9 ਜੋੜੇ 20, 4 7 ਜੋੜੇ 37+ A ਕਿੰਨੇ ਆ, 2 A ਵਟੇ 5, ਕਿੰਨਾ ਮੱਧਮਾਨ ਦਿੱਤਾ 9। ਹੁਣ ਯਾਨੀ ਕਿ 37+2A/5 ਬਰਾਬਰ 9, 5 ਦੂਜੇ ਪਾਸੇ ਜਾਊਗਾ ਗੁਣਾ ਚ, 37+2A/9 ਗੁਣਾ 5 ਕਿੰਨਾ ਹੋ ਗਿਆ, 45। 37 ਇੱਧਰ ਜਾਊਗਾ ਕੀ ਬਦਲਿਆ ਜਾਊਗਾ, ਨਿਸ਼ਾਨ। 45 ਚੋਂ 37 ਗਏ ਕਿੰਨਾ ਰਹਿ ਗਿਆ, 8। ਇਹ 2 ਕਿੱਥੇ ਜਾਊਗਾ, ਥੱਲੇ 8/2 ਜਵਾਬ ਕਿੰਨਾ ਆ ਗਿਆ, 4। ਤਾਂ ਦੇਖੋ ਉਹਨੇ ਕਿਹਾ, ਇਹ ਤਾਂ ਆਪਾਂ A ਦਾ ਮੁੱਲ ਕੱਢਿਆ 4, ਉਹਨੇ ਕਿਹਾ ਪਹਿਲੇ ਅਤੇ ਅਖੀਰਲੇ ਅੰਕੜੇ, ਪਹਿਲੀ ਰਕਮ ਕੀ ਸੀ 4, ਅਖੀਰਲੀ ਰਕਮ ਕੀ ਹੈ a+10, A ਦਾ ਮੁੱਲ ਕਿੰਨਾ ਕੱਢ ਲਿਆ 4+10 ਕਿੰਨਾ ਹੋ ਗਿਆ ਫਿਰ, a+10 ਯਾਨੀ ਕਿ 4+10 ਕਿੰਨਾ ਹੋ ਗਿਆ 14। ਤਾਂ ਉਹਦਾ ਮੱਧਮਾਨ ਕੱਢਣਾ, ਯਾਨੀ ਕਿ ਪਹਿਲੀ ਪਲੱਸ ਅਖੀਰਲੀ ਵਟੇ ਕਿੰਨੀਆਂ ਰਕਮਾਂ ਹੋ ਗਈਆਂ 2, 14+4 ਕਿੰਨਾ ਆਇਆ 18/2 ਕਿੰਨਾ ਜਵਾਬ ਆਊਗਾ, ਯਾਨੀ ਕਿ ਆਪਸ਼ਨ ਕਿਹੜੀ ਆ ਗਈ, ਇਹ ਆਪਸ਼ਨ 9। ਘਰ ਆਪਣਾ ਇੱਕ ਸਮਭੁਜੀ ਤ੍ਰਿਭੁਜ ਦੀ ਭੁਜਾ 3/2 ਸਮ ਹੈ, ਖੇਤਰ ਵੱਲ ਇੰਨਾ ਦਿੱਤਾ ਹੈ ਤਾਂ ਵਾਈ ਦਾ ਮੁੱਲ ਪਤਾ ਕਰਨਾ। ਹੁਣ ਸਮਭੁਜੀ ਤ੍ਰਿਭੁਜ ਕੀ ਮਤਲਬ ਹੁੰਦਾ, ਕਿ ਏਦਾਂ ਦੀ ਤ੍ਰਿਭੁਜ ਹੁੰਦੇ ਕੋਈ ਦੱਸੂਗਾ, ਸਮਭੁਜੀ ਸਮ ਦਾ ਮਤਲਬ ਕੀ ਹੁੰਦਾ, ਸਮ ਦਾ ਮਤਲਬ ਸਮ ਕੀ, ਬਰਾਬਰ, ਸਮ ਮਤਲਬ ਬਰਾਬਰ, ਭੁਜੀ ਮਤਲਬ ਹਾਂ, ਤਾਂ ਵੈਰੀ ਗੁਡ, ਜਿੰਦੀਆਂ ਸਾਰੀਆਂ ਭੁਜਾਵਾਂ ਕੀ ਹੋਣ, ਯਾਨੀ ਕਿ ਉਹ ਕਹਿੰਦੀਆਂ ਸਾਰੀਆਂ ਭੁਜਾਵਾਂ ਦਾ ਮੁੱਲ ਸੇਮ ਹੈ, ਠੀਕ ਹੈ। ਤਾਂ ਇਹਦਾ ਜਿਹੜਾ ਖੇਤਰਫਲ ਹੁੰਦਾ ਉਹਦਾ ਫਾਰਮੂਲਾ ਹੁੰਦਾ ਆਪਣੇ ਕੋਲ, ਖੇਤਰਫਲ ਦਾ ਫਾਰਮੂਲਾ ਹੁੰਦਾ ਵਰਗਮੂਲ 3/4 ਭੁਜਾ ਦੀ ਘਾਤ 2, ਇਹ ਖਾਸ ਤਰ੍ਹਾਂ ਦਾ ਫਾਰਮੂਲਾ ਹੁੰਦਾ, ਨਹੀਂ ਤਾਂ ਇੱਕ ਤ੍ਰਿਭੂ ਦਾ ਫਾਰਮੂਲਾ ਹੁੰਦਾ ਨਾ 1/2 ਗੁਣਾ ਦਾ 8 ਗੁਣਾ ਲੰਬੋ, ਜਾਂ ਹੀਰੋ ਦਾ ਸੂਤਰ ਆਪਾਂ ਸਿੱਖਿਆ, ਪਰ ਜਿਹੜਾ ਸਮਭੁਜੀ ਤ੍ਰਿਭੁਜ ਹੁੰਦਾ ਉਹਦਾ ਫਾਰਮੂਲਾ ਹੁੰਦਾ ਵਰਗਮੂਲ 3/4 ਭੁਜਾ ਦੀ ਘਾਤ 2। ਇਹ ਕਿਵੇਂ ਬਣਿਆ, ਜੇ ਆਪਾਂ ਸਾਰੀ ਭੁਜਾ ਨੂੰ ਭੁਜਾ ਮੰਨ ਲਈਏ ਤਾਂ ਹੀਰੋ ਦਾ ਸੂਤਰ ਲਾਓ, ਭੁਜਾ ਪਲੱਸ ਭੁਜਾ 3 ਭੁਜਾ ਵੜਿਆ ਹੈ ਉਵੇਂ ਹੋ, ਠੀਕ ਹੈ। ਹੁਣ ਉਹਨਾਂ ਨੇ ਭੁਜਾ ਕਿੰਨੀ ਦਿੱਤੀ ਹੈ 3, ਉਹਨਾਂ ਨੇ ਖੇਤਰ ਦਾ ਵੀ ਦਿੱਤਾ ਹੈ
ਵਰਗਮੂਲ ਦਿੱਤਾ 36 ਵਰਗਮੂਲ 3 ਤੇ ਬਰਾਬਰ ਵਰਗਮੂਲ 3/4 ਭੁਜਾ ਦਿੱਤੀ ਆਪਾਂ ਨੂੰ 3 ਵਾਰ। ਠੀਕ ਹੈ ਜੀ, ਹੁਣ ਆ ਵਰਗਮੂਲ 3 ਦੂਜੇ ਪਾਸੇ ਕਿੱਥੇ ਜਾਊਗਾ? ਥੱਲੇ। ਲਕਸ਼ਮਣ 4 ਚਾਰ ਉੱਪਰ ਆ ਗਈ ਤੇ ਹੁਣ ਕਰੀਏ ਆਪਾਂ ਫਿਰ 36 ਵਰਗਮੂਲ 3 ਵਟੇ ਆਪਦਾ ਵਰਗਮੂਲ 3 ਥੱਲੇ ਆ 4 ਤੇ 3 ਦੀ ਘਾਤ 2 ਕਿੰਨਾ ਆਇਆ? 3 ਦੀ ਘਾਤ 2। 3 ਨੂੰ ਕਿੰਨੀ ਵਾਰ ਗੁਣਾ ਕਰਨਾ? 2 ਵਾਰ। ਕਿੰਨਾ ਹੋਊਗਾ? 9। ਤੇ y ਦੀ ਘਾਤ 2 ਹੁਣ ਆ 9 ਫੇਰ ਦੂਜੇ ਪਾਸੇ ਕਿੱਥੇ ਜਾਊਗਾ? ਥੱਲੇ। ਆ ਵਰਗਮੂਲ 3 ਦਾ ਵਰਗਮੂਲ 3 ਕੱਟੇ ਗਏ ਹਨਾ, ਹੁਣ ਆ ਗਿਆ 36 ਗੁਣਾ 4 ਤੇ ਆ 9 ਥੱਲੇ ਵਟੇ y ਦੀ ਘਾਤ 2। ਆ 9 ਦੇ ਭਾੜੇ ਦੇ 36 ਕੱਟੇ ਕਿੰਨੇ ਨੰਬਰ ਤੇ? 4 ਤੇ। 4 ਗੁਣਾ 4 ਬਰਾਬਰ y ਦੀ ਘਾਤ 2 ਹੈ। ਹੁਣ ਜਿਹੜੀ ਇੱਧਰ ਘਾਤ ਹੈ 2 ਹੈ ਉਹ ਦੂਜੇ ਪਾਸੇ ਕੀ ਬਣ ਜਾਂਦਾ ਹੈ? ਵਰਗਮੂਲ। ਘਾਤ ਉਲਟ ਹੋ ਜਾਂਦੀ ਹੈ ਜੇ ਆਪਾਂ ਪਲੱਸ ਵਾਲੇ ਸਾਈਨ ਨੂੰ ਦੂਜੇ ਪਾਸੇ ਲੈ ਕੇ ਜਾਂਦੇ, ਮਾਈਨਸ ਬਣਦਾ ਨਾ ਮਾਈਨਸ ਵਾਲਾ ਪਲੱਸ, ਉਵੇਂ ਜਿਹੜੀ ਪਾਵਰ ਹੁੰਦੀ ਹੈ ਉਹ ਦੂਜੇ ਪਾਸੇ ਉਲਟ ਹੋ ਜਾਂਦੀ ਹੈ। ਇੱਥੇ 2/1 ਹੈ, ਦੂਜੇ ਪਾਸੇ ਨੇ ਜਾ ਕੇ 1/2। 1/2 ਦਾ ਮਤਲਬ ਕੀ ਹੁੰਦਾ? ਵਰਗਮੂਲ। ਵਰਗਮੂਲ ਆਪਾਂ ਕੀਤਾ ਸੀ ਨਾ ਕਿਵੇਂ ਕੱਢੀ ਦਾ, ਰਕਮ ਦੇ ਕੀ ਕੱਢੀ ਦੇ ਆ, ਯੁਗਮ ਕੱਢ ਕੇ ਕਿੰਨੇ ਕਿੰਨੇ ਦਾ ਜੋੜਾ ਬਣਾਈ ਗਿਆ? 2। ਇੱਥੇ 2 ਦਾ ਜੋੜਾ 4 ਦਾ ਬਣਿਆ ਹੀ ਹੋਇਆ ਤੇ ਜੋ ਹਰ ਜੋੜੇ ਚੋਂ ਕਿੰਨੀ ਰਕਮ ਬਾਹਰ ਕੱਢੀ ਗਈ ਹੈ? 1। ਯਾਨੀ ਕਿ y ਦਾ ਮੁੱਲ ਕਿੰਨਾ ਆ ਗਿਆ? 4। ਤੇ ਆਪਾਂ y ਦਾ ਮੁੱਲ ਪਤਾ ਕਰਨਾ ਸੀ। 4 ਕਿੰਨਾ ਆ ਗਿਆ? b ਆਪਸ਼ਨ 4। ਸਾਰਿਆਂ ਨੂੰ ਸਮਝ ਲੱਗ ਗਈ? ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਮਾਂਤਰ ਚਤੁਰਭੁਜ ਲਈ ਸਹੀ ਹੈ? ਸਮਾਂਤਰ ਚਤੁਰਭੁਜ ਦੀ ਸ਼ਕਲ ਏਦਾਂ ਦੀ ਹੁੰਦੀ ਹੈ ਜਿੰਨੀਆਂ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਕੀ ਹੁੰਦੀਆਂ? ਬਰਾਬਰ। ਸਨਮੁਖ ਭੁਜਾਵਾਂ ਸਮਾਂਤਰ ਅਤੇ ਬਰਾਬਰ ਹੁੰਦੀਆਂ ਹਨ। ਇਹ ਸਹੀ ਹੈ, ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਬਰਾਬਰ ਵੀ ਹੁੰਦੀਆਂ ਤੇ ਸਮਾਂਤਰ ਵੀ, ਦੇਖੋ ਇੱਕੋ ਹੀ ਸਹੀ ਚ ਤੁਰੀਆਂ ਜਾਂਦੀਆਂ, ਚਾਹੇ ਆ ਬੋਲ ਲੈ ਲਓ ਤੇ ਚਾਹੇ ਆ ਬੋ, ਤਾਂ ਇਸਦਾ ਮਤਲਬ ਇਹ ਗੱਲ ਸਹੀ। ਤਾਂ ਉਹਨਾਂ ਨੇ ਕਿਹਾ ਸੀ ਜਿਹੜੀ ਸਹੀ ਆ ਉਹੀ ਦੱਸੋ, ਤਾਂ ਪਹਿਲੀ ਗੱਲ ਹੀ ਸਹੀ ਹੋ ਗਈ ਤਾਂ ਆਪਣਾ ਜਵਾਬ ਸਹੀ ਹੈ। ਠੀਕ ਹੈ ਜੀ, ਅਗਲਾ ਸਵਾਲ ਧਿਆਨ ਨਾਲ ਦੇਖੋ, ਇਹਦਾ ਜਵਾਬ ਤੁਸੀਂ ਦੇਣਾ। ਰਾਜੇਸ਼ ਇੱਕ ਵਰਗਾਕਾਰ ਪਾਰਕ ਦੇ ਕਿਨਾਰੇ ਤੇ ਚੱਲਣਾ ਸ਼ੁਰੂ ਕਰਦਾ ਹੈ। ਮੰਨ ਲਓ ਆ ਇੱਕ ਵਰਗਾਕਾਰ ਪਾਰਕ, ਇੱਥੇ ਰਾਜੇਸ਼ ਖੜਾ ਹੈ, ਰਾਜੇਸ਼ ਇੱਥੋਂ ਐਵੇਂ ਚੱਲਣਾ ਸ਼ੁਰੂ ਕਰਦਾ। 450 ਮੀਟਰ ਚੱਲਣ ਤੋਂ ਬਾਅਦ ਉਹ ਦੇਖਦਾ ਹੈ ਕਿ ਉਸਨੇ ਕੇਵਲ 30% ਦੀ ਦੂਰੀ ਹੀ ਤੈਅ ਕੀਤੀ ਹੈ। ਕਹਿੰਦਾ ਜਦੋਂ ਇੱਥੋਂ ਤੁਰਿਆ ਫਿਰ ਇੱਥੋਂ ਤੁਰਦਾ ਤੁਰਦਾ ਫਿਰ ਇੱਧਰ ਮੁੜ ਗਿਆ, ਤਾਂ ਉਹਨੇ 450 ਮੀਟਰ ਜਦੋਂ ਕਵਰ ਕੀਤਾ ਤਾਂ ਉਹਨੂੰ ਪਤਾ ਚੱਲੇ ਕਿ ਉਹਨੇ ਪੂਰਾ ਕਿੰਨਾ, ਪੂਰੇ ਪਾਰਕ ਦਾ ਕਿੰਨਾ ਪਰਸੈਂਟ ਹਿੱਸਾ ਹੀ ਤੁਰਿਆ? 30%। ਕਿੰਨੇ ਪਰਸੈਂਟ? 30%। ਜਦੋਂ ਵੀ ਆਪਾਂ ਟੋਟਲ ਪਰਸੈਂਟ ਦੇਖਦੇ ਹੋਵੇ ਤਾਂ ਹਮੇਸ਼ਾ 100% ਦੇਖਦੇ, 100% ਦੇਖਦੇ ਹਾਂ, ਤਾਂ 100% ਚੋਂ ਕਿੰਨੇ ਪਰਸੈਂਟ ਪਾਰਕ ਦੀ ਦੂਰੀ ਤੈਅ ਕਰ ਗਿਆ? 30%। ਪਰ ਨੰਬਰਾਂ ਵਿੱਚ ਕਿੰਨੀ ਆ? 450 ਮੀਟਰ। ਕਹਿੰਦਾ ਦੱਸੋ ਵਰਗਾਕਾਰ ਪਾਰਕ ਦਾ ਪਰਿਮਾਪ ਕਿੰਨਾ ਹੋਵੇਗਾ? ਹੁਣ ਆਪਾਂ ਨੂੰ ਉਹਨੇ ਕਿਹਾ ਕਿ ਆ ਪੂਰੀ ਦੱਸੋ ਕਿ ਇਹਨੋਂ ਕਿੰਨਾ ਟੋਟਲ ਤੁਰ ਗਿਆ, ਯਾਨੀ ਕਿ ਇੱਥੋਂ ਤੋਂ ਇੱਥੇ ਗਿਆ, ਇੱਥੋਂ ਤੋਂ ਇੱਥੇ ਗਿਆ, ਇੱਥੋਂ ਤੋਂ ਇੱਥੇ ਗਿਆ, ਇੱਥੋਂ ਤੋਂ ਵਾਪਸ। ਉਹ ਆਪਾਂ ਨੂੰ ਪਤਾ ਕਿ ਅੱਧਾ 450 ਮੀਟਰ ਥੋੜਾ ਜਿਹਾ ਤੁਰਿਆ, ਹੁਣ ਉਹ ਕਹਿੰਦਾ ਪੂਰਾ ਦੱਸੋ ਕਿੰਨਾ ਤੁਰਿਆ, ਮਤਲਬ ਮੈਂ ਪੂਰੇ ਕਲਾਸ ਦਾ ਚੌਰਸ ਇੱਕ
ਹੋਇਆ ਕਿੰਨੇ ਮੀਟਰ ਦਾ ਹੋਇਆ ਇਹ ਦੱਸਣਾ ਉਹ ਮੈਂ ਮੰਨ ਲਓ ਆਹ ਥੋੜੀ ਜਿਹਾ ਤੁਰੀਆਂ ਥੋੜਾ ਜਿਹਾ ਤੁਰ ਕੇ ਮੰਨ ਲਓ ਮੈਂ ਕਿਹਾ ਕਿ ਮੈਂ ਸਿਰਫ 60 ਮੀਟਰ ਤੁਰੀ ਆ ਹੁਣ ਆਪਾਂ ਪੂਰਾ ਲੱਭਣਾ ਹੈ ਤਾਂ ਕਿਵੇਂ ਲੱਭਾਂਗੇ ਦੇਖੋ ਧਿਆਨ ਨਾਲ ਜਦੋਂ ਮੈਂ ਹੁਣ ਇਹ ਕਿਹਾ ਕਿ ਪਰਸੈਂਟ ਦੀ ਗੱਲ ਆਉਂਦੀ ਆ ਉਦੋਂ ਟੋਟਲ ਕਿੰਨਾ ਪਰਸੈਂਟ ਮੰਨੀਦਾ 100 ਤਾਂ ਉਹ ਕਿੰਨੇ ਪਰਸੈਂਟ ਤੁਰਿਆ 30 ਯਾਨੀ ਕਿ ਟੋਟ ਐਕਸ ਮੰਨ ਲਓ ਜਿਹੜਾ ਆਪਾਂ ਜੀ ਲੱਭਣੀ ਆ ਐਕਸ ਦਾ 30% ਉਹਨਾਂ ਨੇ ਕਿਹਾ ਤੁਰਿਆ ਪਰਸੈਂਟ 30 ਹੈ ਪਰ ਰਕਮ ਕਿੰਨੀ ਦਿੱਤੀ ਹੈ 450 ਤੇ ਐਕਸ ਟੋਟਲ ਹੀ ਹੈ ਤੇ ਇੱਥੋਂ ਹੁਣ ਦਾ ਦਾ ਮਤਲਬ ਕੀ ਹੁੰਦਾ ਹੈ ਗੁਣਾ 30% 30 ਉਵੇਂ ਪਰਸੈਂਟ ਦਾ ਕੀ ਲੱਗ ਜਾਂਦੇ ਆ 100 ਲੱਗਦਾ ਹੈ ਕਿੱਥੇ ਲੱਗਦਾ ਹੈ ਥੱਲੇ ਪਰਸੈਂਟ ਦਾ ਪਰਸੈਂਟ ਕੱਟ ਕੇ 100 ਕਿੱਥੇ ਲੱਗਦਾ ਹੈ ਬਰਾਬਰ 450 ਆ ਜਿਹੜਾ ਤੇ 0 ਕੱਟੀ ਗਈ 10 ਦੂਜੇ ਪਾਸੇ ਉੱਪਰ 3 ਦੂਜੇ ਪਾਸੇ ਯਾਨੀ ਕਿ 450 ਗੁਣਾ 10 ਬਟੇ 3 3 ਦੇ ਭਾੜੇ ਤੇ 1 3 ਦੇ ਭਾੜੇ ਤੇ 45 15 ਨੰਬਰ ਤੇ ਮਗਰ ਕੀ ਆ ਗਈ 0 ਤਾਂ ਹੁਣ ਕਿੰਨੇ ਮੀਟਰ ਟੋਟਲ ਹੋਇਆ 150 ਦਾ 10 ਨਾਲ ਗੁਣਾ ਕੀਤਾ 1500 ਯਾਨੀ ਕਿ ਟੋਟਲ ਪਾਰਕ ਕਿੰਨੀ ਹੋ ਗਈ 1500 ਮੀਟਰ ਯਾਨੀ ਕਿ ਇਹ ਤੇ ਰਾਸ਼ੀ ਤੇ 4 ਸਾਲ ਅਤੇ 12 ਸਾਲ ਲਈ ਸਧਾਰਨ ਵਿਆਜ ਦੀਆਂ ਰਾਸ਼ੀਆਂ ਦਾ ਅਨੁਪਾਤ ਕੀ ਹੋਵੇਗਾ ਜੇਕਰ ਵਿਆਜ ਦਰ ਕੀ ਰਵੇ ਸਮਾਨ ਸਮਾਨ ਦਾ ਮਤਲਬ ਆਪਾਂ ਛੋਟੀ ਕਲਾਸਾਂ ਚ 7ਵੀਂ ਚ ਸਿੱਖਿਆ ਸੀ ਸਧਾਰਨ ਵਿਆਜ ਕਿਵੇਂ ਕੱਢੀਦਾ ਪੀ ਗੁਣਾ ਆਰ ਗੁਣਾ ਟੀ ਵਟੇ 100 ਸਿੱਖਿਆ ਸੀ ਇਹ ਮੂਲ ਧਨ ਗੁਣਾ ਦਰ ਗੁਣਾ ਸਮਾਂ ਪੰਜਾਬੀ ਚ ਆਇਆ ਸੀਗਾ ਸਿੱਖਿਆ ਸੀ ਇਹ ਹੁਣ ਉਹਨੇ ਦੋ ਚੀਜ਼ਾਂ ਕਹੀਆਂ ਦੋ ਸੇਮ ਹੈ ਮੰਨ ਲਓ ਇੱਕ ਬੰਦੇ ਨੇ 2 ਪੈਸੇ ਉਧਾਰ ਦਿੱਤੇ ਆ ਮੰਨ ਲਓ ਮੈਂ ਤੁਹਾਡੇ ਤੋਂ ਇੱਕ ਬੰਦੇ ਤੋਂ 500 ਰੁਪਿਆ 4 ਸਾਲ ਲਈ ਦਿੱਤਾ ਦੂਜੇ ਤੋਂ ਬੰਦੇ ਤੋਂ 500 ਰੁਪਿਆ 12 ਸਾਲ ਲਈ ਦਿੱਤਾ ਠੀਕ ਹੈ ਤੇ ਦਰ ਵੀ ਸੇਮ ਹੈ ਪਹਿਲੇ ਦੇ ਦੋ ਦੂਜੇ ਦੋਵਾਂ ਨੇ 10% ਦੇ ਦਰ ਤੇ ਮੈਨੂੰ ਵਿਆਜ ਦੇ ਹਿਸਾਬ ਨਾਲ ਦਿੱਤੀ ਆ ਯਾਨੀ ਕਿ ਪਹਿਲੇ ਦਾ ਵਿਆਜ ਸੇਮ ਹੈ ਪਹਿਲੇ ਤੋਂ ਮੈਂ 500 ਰੁਪਏ ਦਾ ਦਿੱਤਾ ਉਧਾਰ ਹਨਾ ਤੇ ਦਰ ਵੀ ਕਿੰਨੀ ਹੈ 10% ਤੇ ਟਾਈਮ ਕਿੰਨੇ ਦਾ ਦਿੱਤਾ ਹੈ 4 ਸਾਲ ਦੂਜੇ ਤੋਂ ਵੀ ਕੀ ਕੀਤਾ 500 ਰੁਪਏ ਹੀ ਉਧਾਰ ਦਿੱਤਾ ਹੈ ਸਾਲ ਕਿੰਨੇ ਹੈ 12 ਪਰ ਜਿਹੜਾ ਦਰ ਹੈ ਉਹ ਸੇਮ ਹੀ ਹੈ 10% ਦੇ ਦਿੱਤੀ ਹੈ ਤੇ ਵਟੇ 100 ਉਹਨਾਂ ਨੇ ਕਿਹਾ ਅਨੁਪਾਤ ਲੱਭਣਾ ਹੈ ਅਨੁਪਾਤ ਦਾ ਮਤਲਬ ਵਿੱਚ ਨਿਸ਼ਾਨ ਰੇਸ਼ੋ ਦਾ ਆ ਗਿਆ ਹੁਣ ਦੇਖੋ ਜੇ ਵਿੱਚ ਨਿਸ਼ਾਨ ਰੇਸ਼ੋ ਦਾ ਆ ਗਿਆ ਤਾਂ ਇਸ ਦਾ ਮਤਲਬ ਆ ਰੇਸ਼ੋ ਦਾ ਨਿਸ਼ਾਨ ਇਹ ਵੱਡਿਆ ਜਾਂਦਾ ਤਾਂ ਦੇਖੋ ਕੀ ਆਉਂਦਾ 500 ਇਹ ਇੱਕ ਉਦਾਹਰਨ ਲੈ ਲਿਆ ਮੈਂ ਕਿ ਆਪਾਂ ਰਕਮ ਵੀ ਸੇਮ ਹੈ ਜਿਹੜੀ ਉਧਾਰ ਦਿੱਤੀ ਹੈ ਤੇ ਦਰ ਵੀ ਸੇਮ ਹੈ ਫਰਕ ਕੀ ਹੈ ਕੱਲਾ ਟਾਈਮ ਕੱਲਾ ਕਿੰਦਾ ਫਰਕ ਹੈ ਬਟੇ 500 ਗੁਣਾ 10 ਗੁਣਾ 12 ਹੁਣ ਦੇਖੋ ਆ ਇਹਨਾਂ ਕੱਟਿਆ ਜਾਊਗਾ ਆ ਰਕਮ ਵੀ ਕੱਟੀ ਜਾਊਗੀ ਤੇ ਰਹਿ ਕਿੰਨਾ ਗਿਆ 4/12 4 ਦੇ ਭਾੜੇ ਤੇ ਕੱਟਿਆ 1/3 ਹੁਣ ਇਹਨੂੰ ਰੇਸ਼ੋ ਦੇ ਲਿਖਾਂਗੇ ਤਾਂ 1:3 ਆ ਗਿਆ ਤਾਂ ਕਿਹੜਾ ਜਵਾਬ ਆ ਗਿਆ ਬੀ ਪਰ ਪਾਰਕ ਦੀ ਲੰਬਾਈ ਆ ਆਇਤ ਹੈ ਇਹਦੀ ਲੰਬਾਈ 3x ਮਾਈਨਸ 7 ਦਿੱਤੀ ਹੈ ਅਤੇ ਚੌੜਾਈ ਕਿੰਨੀ ਦਿੱਤੀ ਹੈ 2x + 5
ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਸਹੀ ਹੈ? ਆਇਤਕਾਰ ਪਾਰਕ ਦਾ ਪਰਿਮਾਪ 5x + 2 ਇਕਾਈਆਂ ਹੈ। ਨਹੀਂ, ਹੁਣ ਪਰਿਮਾਪ ਦਾ ਫਾਰਮੂਲਾ ਪਤਾ? ਪਰਿਮਾਪ ਦਾ ਫਾਰਮੂਲਾ ਕੀ ਹੁੰਦਾ? 2 ਬ੍ਰੈਕਟ ਲੰਬਾਈ ਪਲੱਸ ਚੌੜਾਈ ਹੁੰਦਾ। ਮੰਨਦੇ ਇਸ ਗੱਲ ਨੂੰ? 2 ਹੋ ਗਈ, ਲੰਬਾਈ ਕਿੰਨੀ ਹੈ? ਯਾਨੀ ਕਿ ਆਪਸ਼ਨ ਨੰਬਰ ਕਿੰਨੀ ਹੋ ਗਈ?